ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾਂ ਦੇ ਅਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਾਥੇ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖਿਆ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆ ਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਇਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮਨ ਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓਂ ਪਰਗੁੜ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦੇ ਆਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਆ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰੀ ਆਓ ਕੁਦਰਤ ਕਮਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ
ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੋਹ ਪਕਸਾਰ, ਅਸੰਖ ਮੌਨ ਅਲੇ ਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਚ ਮਲ ਭਖ ਕਾਹੇ, ਅਸੰਖ ਨਿੰਦਕ ਸਿਰ ਕਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਜ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤੇ ਤਿਬਾਹੇ, ਜੇ ਤਾਂ ਕੀਤਾ ਤੇ ਤਾਂ ਨਾਓ, ਵਿਣ ਨਾਵੈ ਨਾਹੀ ਕੋਤਾਓ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਪਰੋਂ ਸੋਖੇ, ਹੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤੇ ਕਵਣ ਵਾਰੋ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰੋ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਯੋਗੀ ਜਾਣ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਜ, ਕੀਤਾ ਜਾ ਕਹ ਹੋਵੈ, ਨਾਨਕ ਜੇ ਕੋ ਆਪਾ ਜਾਣਾ, ਅੱਗਾ ਗਿਆ ਨ ਸੋਹੈ, ਪਾਤਾਲਾ ਪਾਤਾਲ ਲੱਖ, ਆਗਾਸ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਾ ਕਹਿਣ ਕਿਤੇਬਾ, ਅਸਲੋ ਇੱਕ ਧਾਤ, ਲੇਖਾ ਹੋਏ ਤਾਂ ਲਿਖੀਆ, ਲੇਖਾ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਇੱਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ, ਪਵੈ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਾਏ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੈ ਕੋਏ, ਤੇ ਉੱਚੇ ਕਹੋ ਜਾਣੈ ਸੋਏ, ਜੇ ਵੜ ਆਪ ਜਾਣਾ ਆਪ ਆਪੇ, ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ ਨਾ ਤਮਾਏ, ਕਿਤੇ ਮੰਗੈ ਜੋ ਦਾ ਪਾਰ, ਕਿਤੇ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਹੇ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਪੇ ਕੇ ਕੇ, ਜਿਸ ਨੋਂ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ, ਅਮੁੱਲ ਪਾਏ ਮੁੱਲ ਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਮਾਣ, ਅਮੁੱਲ ਬਖਸ਼ੀਸ ਅਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸਰੇ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕਿਤੇ ਆਖੈ ਆਖਣ ਪਾਹ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਤੇਹ, ਦਾਖ ਨਾ ਸਕੈ ਕੇ ਕੇ, ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਆ ਸਿਰ ਗਾ ਵਾਰਾਂ ਗਾ ਵਾਰ।
ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦਾਂ ਨੇ ਇੱਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਈਨ ਏਤੇ ਗਾਵਣ ਹਾਰੇ ਗਾਵੈ ਤੁਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਜਾਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਹੀ ਤੁਧਰੋਂ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਨਿਧ ਸਿਧ ਅਵਰਾ ਸਾਧ ਸੰਜੋਗ ਵਿਯੋਗ ਦੋਇ ਕਾਰ ਚਲਾਵ ਹੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਇਹ ਤੁਰਾਹੇ ਪਤ ਪਵੜੀਆ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੋਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘੜਤ ਘੜੀਆ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾ ਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਤਿੱਥੈ ਘੜੀਆ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾ ਹੇ ਤਾ ਕੇ ਰੂਪ ਮੈਂ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ
ਵੇਖਿਆ ਵਿਕਸਿਆ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤੋ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਕਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿੰਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ, ਜਿੰਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਿ ਸਿਆਣ ਪਾਲਕ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੈ ਆਪ ਮੁਕਤ ਮੋਹ ਤਾਰੈ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ ਆਪ ਮੁਕਤ।
ਤਤ ਮੋਹਿ ਤਾਰੈ ਕਮਨ 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 ਗੁਣ ਕਹੀਐ ਕਮਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਅੰਤ ਨਹੀਂ ਕਿਛ ਪਾਰੈ ਲੱਖ 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 ਕਈ ਕੋਰੈ ਲੱਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ ਕੋ ਹੈ ਐਸੋ ਵਿਚਾਰੈ ਆਪ ਮੁਕਤ ਮੋਹਿ ਤਾਰੈ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ
ਬਿਸਮ 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 ਹੀ ਪਈ ਹੈ, ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ, ਲਾਲ ਗੁਲਾਲ ਰੰਗਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਕਹੋ ਨਾਨਕ ਸੰਤਨ ਰਸ ਆਈ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੁੰਗਾ ਮੁਸਕਾਰੇ, ਜਿਉ ਚਾਖ ਗੁੰਗਾ ਮੁਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਬਲ ਬਲ ਜਾਈਏ, ਬਲ ਬਲ ਜਾਈਏ, ਬਲ ਬਲ ਜਾਈਏ। ਜੈਸਾ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦੀਆਂ ਗੁਰਬਿਨ ਕੋਰ ਅੰਧਾਰ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾ,
ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨਾ ਲਾਗੀਵਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਆਪ ਮੁਕਤ ਮੋਹਿ ਤਾਰੇ ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਸਭ ਤਾਈ
ਸਭ ਥਾਈ ਹੋਏ ਸਹਾਰੇ, ਇੱਕ ਰਘੁਨਾਥ।
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਗੁਰੂ ਨਾਨਕ, ਉਨਕੀ ਬਾਣੀ ਔਰ ਤੀਨ ਕਾਲ ਸਤਿ ਇਹ ਬਾਣੀ, ਇਹ ਜੋ ਪੰਕਤੀਆਂ ਦਾਸ ਪੜ੍ਹ ਰਿਹਾ ਹੈ, ਆਜ ਉਹ ਸਾਕਸ਼ਾਤ ਹਰ ਇੱਕ ਕੋ ਦਿਖਾਈ ਦੇ ਰਹੀ ਹੈ। ਹਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕੱਲ ਪਰਸੋਂ ਇੱਕ ਵੀਡੀਓ ਆਇਆ ਥਾ ਜਿਸ ਮੇਂ ਇੱਕ ਸਿੱਖ ਜੋ ਸ਼ਮਸ਼ਾਨ ਘਾਟ ਮੇਂ ਸੇਵਾ ਕਰ ਰਿਹਾ ਹੈ, ਲਾਸ਼ੋਂ ਕੋ ਜਲਾਨੇ ਕੀ, ਰੋ ਕਰ ਕਹਿ ਰਿਹਾ ਥਾ ਇਨ ਪੰਕਤੀਓਂ ਕੋ ਪੜ੍ਹਕਰ ਕਿ ਆਜ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਗਏ, ਬਾਣੀ ਤੋਂ ਤੀਨ ਕਾਲ ਸਤਿ ਹੈ ਹਮ ਨਹੀਂ ਮਾਨਤੇ ਨਾ, ਹਮਾਰਾ ਮਨ ਨਹੀਂ ਮਾਨਤਾ। ਕਹਿਤੇ ਹੈ ਕਿ ਲੋਕ ਲਾਸ਼ੇ ਛੋੜ ਕਰ ਜਾ ਰਹੇ ਹੈ ਆਪਣੇ ਪਰਿਜਨੋਂ ਕੀ, ਜਲਾਨੇ ਤੱਕ ਰੁਕ ਵੀ ਨਹੀਂ ਰਹੇ। ਹਮ ਫੋਨ ਕਰ ਰਹੇ ਹੈ ਕਿ ਬਈ ਆ ਜਾਓ, ਜਲਾਨੇ ਕਾ ਟਾਈਮ ਹੋ ਗਿਆ, ਕਹਿੰਦੇ ਖੁਦ ਹੀ ਜਲਾ ਲਓ। ਜਿਨ੍ਹੋਂ ਨੇ ਸਾਰਾ ਜੀਵਨ ਕਮਾ ਕਮਾ ਕਰ ਪਤਾ ਨਹੀਂ ਕੈਸੇ ਕੈਸੇ ਘਰ ਕੋ ਪਾਲਾ, ਉਨਕੇ ਪਾਸ ਜਲਾਨੇ ਤੱਕ ਕਾ ਟਾਈਮ ਨਹੀਂ ਹੈ। ਹਰ ਸੇ ਬੋਲੀਏ ਧੰਨ ਗੁਰੂ ਨਾਨਕ। ਲਾਈਨ ਲੱਗੀ ਦਿਖ ਰਹੀ ਹੈ ਕਿ 20 ਲਾਸ਼ੇ ਔਰ ਪੜੀ, 21 ਵੀ ਹਮਾਰੀ ਹੈ, ਛੋੜ ਕਰ ਚਲੇ ਗਏ। ਔਰ ਕਹਿੰਦੇ ਅਸਥੀਆਂ ਕਹਿੰਦੇ ਆਪ ਜੋ ਮਰਜ਼ੀ ਕਰ ਲਓ, ਅਬ ਹਮ ਨਹੀਂ ਆਏਂਗੇ। ਹਰ ਸੇ ਬੋਲੀਏ ਧੰਨ ਗੁਰੂ ਨਾਨਕ। ਸੰਗ ਸਖਾ ਸਭ ਤਜ ਗਏ, ਜਿਨ ਕੇ ਲੀਏ ਜੀਤਾ ਹੈ ਤੋ ਮਰਤਾ ਹੈ, ਜਿਨਕੋ ਪ੍ਰੈਫਰੈਂਸ ਦੇਤਾ ਹੈ ਗੁਰੂ ਕੋ ਛੋੜ ਕਰ, ਸਭ ਛੋੜ ਕਰ ਚਲੇ ਗਏ। ਕੋ ਨਾ ਨਿਭਿਓ ਸਾਥ, ਵਹਾਂ ਪਰ ਤੋ ਕਿਆ ਨਿਭਣਾ, ਯਹਾਂ ਪਰ ਹੀ ਨਹੀਂ ਨਿਭਤੇ। ਕਹੋ ਨਾਨਕ ਇਹ ਵਿਪਤ ਮੈਂ, ਇਸ ਵਿਪਤਾ ਮੈਂ ਕੌਣ ਸਹਾਰਾ ਹੋਗਾ, ਟੇਕ ਏਕ ਰਘੁਨਾਥ, ਸਿਵਾਏ ਉਸ ਇੱਕ ਓਅੰਕਾਰ ਕੇ, ਉਸ ਗੁਰੂ ਨਾਨਕ ਕੇ, ਉਸ ਰਾਮ ਕੇ, ਕੋਈ ਸਹਾਇ ਨਹੀਂ ਹੋਗਾ। ਸਾਧ ਸੰਗਤ ਜੀ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅਗਰ ਇਹ ਪੰਕਤੀਆਂ ਮਨ ਮੇਂ ਬਸ ਜਾਏ ਨਾ, ਇੱਕ ਵਾਰ ਕਿਸੇ ਕੇ ਹਿਰਦੇ ਮੇਂ ਅਸਰ ਕਰ ਜਾਏ, ਉਸਕੇ ਜੀਵਨ ਕਾ ਢੰਗ ਬਦਲ ਜਾਤਾ ਹੈ। ਇਸ ਲਈ ਇਸੇ ਧਿਆਨ ਸੇ ਸਰਵਨ ਕੀਜੀਏ। ਕਹੋ ਨਾਨਕ ਇਹ ਵਿਪਤ ਮੈਂ, ਕਹੋ ਨਾਨਕ ਇਹ ਵਿਪਤ ਮੈਂ, ਟੇਕ ਏਕ ਰਘੁਨਾਥ, ਸਭ ਥਾਈ ਹੋਏ ਸਹਾਇ, 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 ਸਭ ਥਾਈ ਅਪੰਗਮ ਵਿਪੂਤੇ, ਸਦਾ ਅੰਗ ਸੰਗੇ
सम विभूते चत्र चक्र वर्ति चत्र चक्र पुगते चत्र चक्र वर्ति चत्र चक्र पुगते अम्पौ शुभम सर्वदा सर्व जुगते सुयम्पौ शुभम सर्वदा सर्व जुगते कालम प्रणाशि दयालं स्वरूपे कालम प्रणाशि दयालं स्वरूपे सदा अंग संगे अपंगं विभूते सदा अंग संगे अपंगं विभूते से बोलिए धन बता धन गुरु गोविंद सिंह जी महाराज कह रहे हैं इन पंक्तियों में कि उसे अपना सहायक बना ले एक बार उसे अपना मान ले वो हमेशा तेरे अंग संग रहेगा प्यार से बोलिए धन गुरु नानक सब थाई होश है यहां पर भी और वहां पर भी अंग संगे किसे कहते हैं शरीर है शरीर के अंग है हम चाहकर भी अपने हाथ को कहीं छोड़कर नहीं आ सकते अपने पांव को कहीं रखकर नहीं आ सकते जहां हम जाएंगे ये अंग साथ में जाएंगे अगर उस परमात्मा से प्रेम डाल लिया उसको सिमरन में बसा लिया तो सदा अंग संगे जिस प्रकार ये अंग हमारे साथ हैं वो परमात्मा हमारे साथ रहता है हमेशा प्यार से बोलिए धन गुरु नानक फिर किस बात का डर फिर किस बात की फिक्र अगर वो अंग संग है तो और उसे अंग संग बातों से नहीं बनाया जा सकता सब थाई होए सहाय आज गुरु तेग बहादुर साहिब जी का 400 साल अवतार पूर्व है इतना बड़ा दिन है सात संगत जी ये हमारी किस्मत है कि शताब्दी ये मना रहे हैं क्योंकि 500 साल में तो हम में से कोई भी नहीं होगा प्यार से बोलिए धन गुरु नानक धन गुरु नानक नौवें गुरु नानक श्री गुरु तेग बहादुर साहिब जी इनके जीवन इतना विशेष कमाल की घटना है जीवन के आज ये पंक्तियां दास ने इसलिए ली हैं कि बहुत जरूरत है आज बहुत जरूरत प्रभु की सहायता की हे गुरु तेग बहादुर साहिब जी आपकी सहायता की बहुत जरूरत है इस वक्त प्यार से बोलिए धन गुरु नानक धन गुरु नानक आओ सहायता मांगे क्योंकि अगर वो सहायता करने आ गया तो अंग संगे हो जाएगा सदा अंग संगे आओ सब मिलकर उसे पुकारे पाछा तरस कर सब कुछ उसके हाथ में है सारी सृष्टि वो चाहे तो कुछ भी कर सकता है प्यार से बोलिए धन गुरु नानक आओ सब मिलकर अरदास करें सब थाए होए सहाए सब था होए सहाए सब थाए होए सहाए सब थाए होए सहाए सब थाए होए सहाए सब था होए बल हुआ बंधन छूटे
सब किछ हो तो नानक सब किछ तुमरे हाथ में नानक नानक सब किछ तुमरे हाथ में तुम ही हो तो सहा तुम ही हो सहा तुम ही हो सहा तुम ही हो सहाय तुम ही हो सहाय कहो नानक अब ओट हर गज जो हो सहाय कज जो हो सहाय नानक सब कुछ तुमरे हाथ में तुम ही होत सहाय नानक सब कुछ तुमरे हाथ में तुम ही होत सहाय ये मैं नहीं कह रहा गुरु की वाणी कह रही है कि सब कुछ तेरे हाथ में है हे वाहेगुरु तू जो चाहे कर सकता है जब भी दास हमेशा एक बात कहते हैं बाबा आनंद सिंह जी के वचन है वो जब भी एक तरफ सत्संग हो एक तरफ सिमरन का नित्यनेम का टाइम हो अमृत वेले का टाइम हो एक तरफ दूसरा कोई काम हो उसे पीठ दे दो अमृत वेले को पीठ मत दो जिन रिश्तेदारियों को निभाने के लिए अमृत वेले छोड़ते हो वो रिश्तेदार कहाँ काम आएंगे प्यार से बोलिए धन गुरु नानक प्रेफरेंस गुरु को दे दो सारे रिश्ते नाते निभाओ फॉर्मेलिटी के लिए और प्रेम करो केवल गुरु से एको सहाय राम है राम एको सहाय राम है एको बहादुर सिमरिए करनौ
ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਮੇਰੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਮੇ ਸੰਗਤ ਕੇ ਬੀਚ ਮੇ ਬੈਠੇ ਦਰਸ਼ਨ ਦੇ ਰਹੇ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ। ਸੇਵਾਦਾਰ ਆਇਆ ਕਹਿਣ ਲੱਗਾ ਪਾਤਸ਼ਾਹ ਆਪਕੇ ਘਰ ਮੇ ਪੁੱਤਰ ਪੈਦਾ ਹੋਇਆ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਇਤਿਹਾਸ ਮੇ ਲਿਖਾ ਹੈ ਭਾਈ ਬਿਧੀ ਚੰਦ ਜੀ ਬਾਬਾ ਬੁੱਢਾ ਜੀ ਔਰ ਕਈ ਕਮਾਈ ਵਾਲੇ ਮਹਾਂਪੁਰਸ਼ ਸਾਥ ਮੇ ਚੱਲ ਪੜੀ ਕਈ ਸੰਗਤ ਸਾਥ ਮੇ ਕਹਾਂ ਪਰ ਬਾਲਕ ਕੌਣ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਦਸ ਪਾਤਸ਼ਾਹੀਓ ਮੇ ਨਾ ਸਾਧ ਸੰਗਤ ਜੀ ਦਸ ਪਾਤਸ਼ਾਹੀਓ ਮੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਐਸੇ ਗੁਰੂ ਹੋਏ ਜਿਨਕਾ ਪ੍ਰਕਾਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਕੀ ਧਰਤੀ ਪਰ ਹੋਇਆ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਗੁਰੂ ਕੇ ਮਹਿਲ ਹਰਿਮੰਦਰ ਸਾਹਿਬ ਸੇ ਕੇਵਲ ਅਗਰ ਵਾਕਿੰਗ ਡਿਸਟੈਂਸ ਵੀ ਜਾਏਂਗੇ ਨਾ 15 ਮਿੰਟ ਕਾ ਰਾਸਤਾ ਹੈ। ਗੁਰ ਕੇ ਮਹਿਲ ਦਰਸ਼ਨ ਕਰਨਾ ਕਭੀ ਜਾ ਕੇ ਬੜਾ ਪਿਆਰਾ ਸਥਾਨ ਹੈ ਜਹਾਂ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਾਰਾ ਬਚਪਨ ਬਿਤਾਇਆ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਬੜੀ ਅਨੋਖੀ ਘਟਨਾ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਜਬ ਵਹਾਂ ਪਹੁੰਚੇ ਬਾਬਾ ਬੁੱਢਾ ਜੀ ਮੈਂ ਤੋ ਇਹ ਇਤਿਹਾਸ ਪੜ੍ਹ ਕੇ ਥੋੜ੍ਹਾ ਸਾ ਹੈਰਾਨ ਹੁਆ ਕਿਉਂਕਿ ਮੁਝੇ ਲਗਾ ਥਾ ਕਿ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂਆਂ ਕੋ ਕੀ ਸੇਵਾ ਕੀ ਹੈ ਪਰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਵਿਦਿਆ ਦਾਨ ਵੀ ਬਾਬਾ ਬੁੱਢਾ ਜੀ ਨੇ ਦਿਆ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਉਸ ਵਕਤ ਬਾਬਾ ਬੁੱਢਾ ਜੀ ਕੀ ਆਯੂ 115 ਵਰਸ਼ ਸਾਥ ਮੇ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲਕ ਕੋ ਜਬ ਪਹਿਲੀ ਵਾਰ ਆਪਣੇ ਹੱਥ ਮੇ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਇਤਿਹਾਸ ਮੇ ਲਿਖਿਆ ਇਹ ਘਟਨਾ ਕਿ ਉਹਨੇ ਆਪਣਾ ਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਆਗੇ ਝੁਕਾ ਦਿਆ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਬੜੀ ਅਨੋਖੀ ਘਟਨਾ ਥੀ ਸਭ ਦੇਖ ਕੇ ਹੈਰਾਨ ਹੋਏ ਕਿ ਹਮੇਸ਼ਾ ਪੁੱਤਰ ਪਿਤਾ ਕੇ ਆਗੇ ਸਰ ਝੁਕਾਤਾ ਹੈ। ਪਹਿਲੀ ਵਾਰ ਐਸੇ ਦੇਖਾ ਕਿ ਪਿਤਾ ਨੇ ਪੁੱਤਰ ਕੇ ਆਗੇ ਸਰ ਝੁਕਾਇਆ ਹੈ। ਸਭ ਦੇਖ ਕੇ ਹੈਰਾਨ ਹੈ ਪਰ ਭਾਈ ਬਿਧੀ ਚੰਦ ਜੀ ਇਨਸੇ ਰਹਾ ਨਹੀਂ ਗਿਆ ਪੂਛਾ ਪਾਚਾ ਇਹ ਅਨੋਖੀ ਘਟਨਾ ਦੇਖੀ ਪਹਿਲੀ ਵਾਰ ਆਪਨੇ ਇਸ ਬਾਲਕ ਕੇ ਆਗੇ ਸਰ ਕਿਉਂ ਝੁਕਾਇਆ। ਯਹਾਂ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਬਚਨ ਕੀਏ ਉਹ ਲਿਖੇ ਹੋਏ ਹੈ ਕਮਾਲ ਕੇ ਕਹਿੰਦੇ ਇਹ ਬਾਲਕ ਕੋਈ ਆਮ ਬਾਲਕ ਨਹੀਂ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਲਈ ਕਹਾ ਆਮ ਬਾਲਕ ਨਹੀਂ ਹੈ ਇਹ ਬਾਲਕ ਗਰੀਬ ਮਜ਼ਲੂਮੋ ਕਾ ਰਕਸ਼ਕ ਹੋਗਾ। ਇਹ ਬਾਲਕ ਗਰੀਬ ਮਜ਼ਲੂਮੋ ਕਾ ਰਕਸ਼ਕ ਹੋਗਾ। ਜਬ ਕੋਈ ਅੱਤ ਕੀ ਬੜੀ ਆਪਦਾ ਆਏਗੀ ਅੱਤ ਕੀ ਬੜੀ ਆਪਦਾ ਜੋ ਕਿਸੇ ਕੇ ਸੰਭਾਲੇ ਨਹੀਂ ਸੰਭਲੇਗੀ ਇਹ ਬਾਲਕ ਉਹ ਆਪਦਾ ਕੋ ਕਾਟ ਦੇਗਾ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਜੋ ਪੰਕਤੀਆਂ ਪੜ੍ਹ ਰਹੇ ਨਾ ਸਭ ਥਾਂ ਹੋ ਸਹਾਏ ਤੇਗ ਬਹਾਦਰ ਸਿਮਰਿਆ ਕਰਨੌਨੀ ਦਾਮੇ ਤਾਏ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਲਿਖੀ ਹੋਈ ਪੰਕਤੀਆਂ ਹੈ। ਯਹਾਂ ਤੱਕ ਜੋ ਅਰਦਾਸ ਹੈ ਉਹ ਅਰਦਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਲਿਖੀ ਹੈ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਅਬ ਸਹਾਇਤਾ ਮਾਂਗੇ ਸਭ ਔਰ ਯਹਾਂ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਕਤੀਆਂ ਉਚਾਰਨ ਕੀ ਕਿਆ ਪੰਕਤੀਆਂ ਸਰਵਨ ਕੀਜੀਏ।
दीन रक्षक संकट हरे। गुरु तेग बहादुर साहब जी के लिए पंक्तियां उच्चारण की, ये बालक कौन है? दीन रक्षक संकट हरे, यही सदा पहचान संकट हरे, संकट हरे सब थाए होए सहाए, 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 सब थाए होए तेग बहादुर साहिब जी को बाबा बुड्ढा जी ने अपने हाथों में लिया और माथा टेक कर एक बात कही, जो बात सिद्ध हुई। बाबा बुड्ढा जी कहने लगे कि मुझे लगता है कि निरंकार ने मुझे इतनी लंबी आयु इसीलिए दी है कि मैं आपके दर्शन करके जाऊं। प्यार से बोलिए, धन गुरु नानक। गुरु तेग बहादुर साहिब जी को बालक रूप में कह रहे हैं बाबा बुड्ढा जी, ब्रह्म ज्ञानी बाबा बुड्ढा जी। असल में बाबा बुड्ढा जी के लिए तो ब्रह्म ज्ञानी अक्षर भी छोटा पड़ जाता है। प्यार से बोलिए, धन गुरु नानक। इतनी विनम्रता, इतनी अपने हाथों से गुरुओं को गुरुगद्दी देते हैं, फिर उनके ही चरणों में बैठकर सेवा करते हैं। प्यार से बोलिए, धन गुरु नानक। उनके ही वार से गुरु हरगोविंद साहिब जी का अवतार हुआ और फिर उनके ही सेवादार कर बन के बैठे। प्यार से बोलिए, धन गुरु नानक। धन ऐसी कमाई। बाबा बुड्ढा जी ने हाथ में लिया, उठाया छोटे बालक गुरु तेग बहादुर, लिया उठाया छोटे बालक गुरु तेग बहादुर साहिब जी को और वचन किए कि निरंकार ने मुझे ये इतनी लंबी आयु शायद इसलिए दी है कि मैं आपके दर्शन कर सकूं। दर्शन किसके? बंदगी के सागर के। प्यार से बोलिए, धन गुरु नानक। क्योंकि बाबा बुड्ढा जी सब देख लेते थे कौन आया है। कहने लगे, ये ऐसी बंदगी करेगा, ऐसी बंदगी करेगा ये बालक, ऐसी बंदगी पहले किसी ने नहीं की होगी। प्यार से बोलिए, धन गुरु नानक। और गुरु नौवे गुरु नानक गुरु तेग बहादुर साहिब जी का जीवन केवल बंदगी, गंभीर रहते थे हमेशा, बहुत कम बोलते थे, बहुत ही कम, ना के बराबर। गंभीर रहना, चुपचाप बैठे रहना, सारा जीवन बंदगी में बिताया। 26 साल तो एक भोरे में, शाम को कभी कभार बाहर निकलते थे, पूरा समय बंदगी। प्यार से बोलिए, धन गुरु नानक। छिप कर रहते थे मेरे गुरु तेग बहादुर साहिब जी।
इतनी बंदगी, इतनी कमाई, कमाल है, प्यार से बोलिए धन गुरु नानक। असल में तो इनका जीवन अगर वर्णन करने जाएं तो कई दिन चाहिए, कई दिन तो भी शायद पूरे न पड़े। ना शॉर्ट में छोटी छोटी बातें बता रहे हैं, क्योंकि आज गुरु तेग बहादुर साहब जी का अवतार पूर्व है, प्रकाश पूर्व है। प्यार से बोलिए धन गुरु नानक, धन गुरु नानक। सब थाए हुए सहाए, सब थाए हुए सहा, सब थाए हुए सहाए, सब थाए हुए सहाए। तेग बहादुर सिमर कर नौनिद आवे, साहिब जी ने क्या वचन किए, दीन रक्षक, दीनों का हीनों का पालनहार। प्यार से बोलिए धन गुरु नानक, धन गुरु नानक। जो गरीब है, जो जरूरतमंद है, उनका पालनहार गुरु तेग बहादुर साहिब जी। और ये बचपन से ही इतनी सारी घटनाएं है ना दास, सिर्फ एक दो छोटी घटनाएं दास बता रहे हैं। बाबा गुरुदित्ता जी की शादी है, माता ने सुंदर वस्त्र पहनाकर भेजा, सुंदर वस्त्र, बहुत ही महंगे वस्त्र। प्यार से बोलिए धन गुरु नानक, धन गुरु नानक। और हाथ में सोने के कंगन भी। छोटी आयु, बहुत छोटी आयु, गुरु तेग बहादुर साहब जी बारात में जा रहे हैं। देखा एक गरीब बच्चा, ठंड का समय है उस वक्त, एक गरीब बच्चा बैठा है जिसके पेड़ के नीचे, जिसके पास वस्त्र ही नहीं है, इतनी ठंड में भी उसके तन पे कपड़ा नहीं है। वो पास में गए, कहने लगे तेरी माता ने तुझे कपड़े नहीं पहने। वो बालक छोटा वो भी कहने लगा कि कौन सी माँ है जो चाहेगी कि उसका बेटा ठंड में बिना कपड़े के बैठे। मेरे पास है नहीं, मेरी माता मुझे पहना नहीं सकती, हम बहुत गरीब हैं। प्यार से बोलिए धन गुरु नानक, धन गुरु नानक। गुरु तेग बहादुर साहिब जी ने अपने तन के कपड़े उतार कर उसे दे दिए, अपने हाथों के सोने के कंगन निकाल के उसे दे दिए और घर की तरफ चल पड़े। प्यार से बोलिए धन गुरु नानक, धन गुरु नानक। माता हैरान हुई, पूछा बेटा कहाँ है वस्त्र, कहाँ है कंगन। गुरु तेग बहादुर साहब जी की आंखों में आंसू, छोटे बालक, कहने लगे माता मैं किसी को भूखा नंगा देख नहीं पाता हूँ, मुझसे सहन नहीं होता, तू तो मुझे और दे देगी, पर जिसे मैं देकर आया हूँ उसके पास और कुछ नहीं था। प्यार से बोलिए धन गुरु नानक, धन गुरु नानक। एक राइटर बड़ी कमाल की पंक्तियां लिखता है, कहता है बचपन में गुरु तेग बहादुर साहब जी अपने तन की चादर निकाल के दे आए, बड़े होकर हिंदुस्तान की चादर बन गए, अपने शरीर को चादर बना दिया। प्यार से बोलिए धन गुरु नानक, धन गुरु नानक। हिंदू धर्म की रक्षा के लिए अपने प्राण दे दिए गुरु तेग बहादुर साहब जी ने, अपने तन की चादर बनाकर उस वक्त आयु मुसीबत को टाला मेरे गुरु तेग बहादुर साहब जी ने। प्यार से बोलिए धन गुरु तेग बहादुर साहब जी, धन गुरु तेग बहादुर साहब जी, धन गुरु तेग बहादुर साहब जी। आज भी जरूरत है, हे गुरु तेग बहादुर साहब जी आपकी बहुत जरूरत है, तरस करो, रहम करो, बख्श लो, बख्श लो। सब थाए हुए सहाए, सब थाए हुए सहाए, सब
ਥਾਈ ਹੋਏ ਸਹਾਰੇ, ਸਭ ਥਾਈ ਹੋਏ ਸਹਾਰੇ, ਤੇਗ ਬਹਾਦਰ ਸਿਮਰ ਕਰ ਨਾਉ ਨਿਧ ਆਵੇ ਤਾਂ, ਤੇਗ ਬਹਾਦਰ ਸਿਮਰ ਕਰ ਨਾਉ ਨਿਧ ਆਵੇ ਤਾਂ, ਤੇਗ ਬਹਾਦਰ ਸਿਮਰ ਕਰ ਨਾਉ ਨਿਧ ਆਵੇ, ਭਾਈ ਨੰਦ ਲਾਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪ੍ਰਤੀ ਬੜੀ ਪਿਆਰੀ ਬਾਤ ਲਿਖਤੇ ਹੈ, ਉਨਕੇ ਜੀਵਨ ਕੋ ਦਰਸਾਤੇ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹੈ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ਮਾਤਾਂ ਮਾਹੀ ਤਰਾਸਤ। ਤੇ ਹਰ ਸੇ ਬੋਲੀਏ ਧੰਨ ਗੁਰੂ ਨਾਨਕ। ਭਾਈ ਗੁਰਦਾਸ ਜੀ ਫਾਰਸੀ ਮੇਂ ਕਹਤੇ ਹੈ, ਉਸਕਾ ਭਾਵ ਆਸਮਾਨ ਕੇ ਉੱਪਰ ਚੰਦਰਮਾ ਹੈ, ਧਰਤੀ ਕੇ ਨੀਚੇ ਸਾਗਰ। ਆਸਮਾਨ ਕੇ ਉੱਪਰ ਚੰਦਰਮਾ ਹੈ, ਧਰਤੀ ਕੇ ਨੀਚੇ ਸਾਗਰ, ਸਾਰੀ ਕਾਇਨਾਤ ਉਸਕੀ, ਸਾਰੀ ਕਾਇਨਾਤ ਪਰ ਉਸਕੀ ਹਕੂਮਤ ਹੋਤੀ ਹੈ ਭੀਤਰ ਸੇ। ਜਿਸਕੇ ਪਾਸ ਬੰਦਗੀ ਕੀ ਦੌਲਤ ਹੋਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਜੈਸੀ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਪਾਸ ਐਸੀ ਬੰਦਗੀ ਕਿ ਭਾਈ ਨੰਦ ਲਾਲ ਜੀ ਕਹਤੇ ਹੈ, ਸਾਰੀ ਕਾਇਨਾਤ ਉਸਕੇ ਕੰਟਰੋਲ ਮੇਂ ਹੋਤੀ ਹੈ। ਜਿਸਕੇ ਪਾਸ ਇਤਨੀ ਬੰਦਗੀ ਹੋ ਜਿਤਨੀ ਬੰਦਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਹੈ। ਕਿ ਹਰ ਸੇ ਬੋਲੀਏ ਧੰਨ ਗੁਰੂ ਨਾਨਕ। ਉਨਕੀ ਬੰਦਗੀ ਕੇ ਬਾਰੇ ਮੇਂ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਗਏ ਨੇ, ਲਿਖਾ ਹੈ ਬੜਾ ਪਿਆਰਾ। ਅਜੇ ਦੋ ਪੰਕਤੀਆਂ ਪੜ੍ਹ ਲਿਆ। ਸਭ ਥਾਏ ਹੋਏ ਸਹਾਏ, ਸਭ ਥਾਏ ਹੋਏ ਸਹਾਰ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰੀ ਕਰ ਨਾਉ ਨਿਧ ਆਵੇ ਤਾਂ, ਤੇਗ ਬਹਾਦਰ ਸਿਮਰੀ ਕਰ ਨਾਉ ਨਿਧ ਆਵੇ ਤਾਂ। ਮਹਾਂਪੁਰਸ਼ ਬਚਨ ਕਿਹਾ ਕਰਦੇ ਥੇ, कहते थे दिल्ली किसी जाते कहां पर है, तेग बहादुर सिमरी है घर नौनी दामता है, सब माथा टेकने जाते हैं गुरुद्वारा सीजगंज साहब। घर से बोलिए धन गुरु नानक। कर नौ निध आवे ताए, कि रिद्धियां सिद्धियां नौ निधियां अठारह सिद्धियां धक्के मार कर घर में आती है, आप चाहो या ना चाहो। प्यार से बोलिए धन गुरु नानक। आवे धाए धक्के मार कर, जबरदस्ती किसी पदार्थ की किसी चीज की कमी नहीं रहती जो गुरु तेग बहादुर साहब जी को ध्याता है। प्यार से बोलिए धन गुरु नानक। ये वचन गुरु गोविंद सिंह जी महाराज की है, यानी कि गरीबी दूर करने के स्पेशलिस्ट। प्यार से बोलिए धन गुरु नानक।
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਨਕੀ ਮਰਜ਼ੀ, ਮਰਜ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ, ਕਿਆ ਦੇਖ ਕਰ ਕਿਆ ਲਿਖਣਾ ਹੈ। ਜਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਾ ਨਾਮ ਆਇਆ ਤੋ ਯਹਾਂ ਪਰ ਇਹ ਨਹੀਂ ਲਿਖਾ, ਯਹਾਂ ਪਰ ਇਹ ਲਿਖਾ, ਜਿਸ ਡਿੱਠੇ ਸਭ ਦੁੱਖ ਜਾਏ, ਕਿ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋ ਦਿਆਏਗਾ ਉਸਕੇ ਸਾਰੇ ਦੁੱਖ ਦੂਰ ਹੋ ਜਾਏਗੇ, ਔਰ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਕੋ ਦਿਆਏਗਾ ਉਸਕੀ ਗਰੀਬੀ ਦੂਰ ਹੋ ਜਾਏਗੀ। ਪਿਆਰ ਸੇ ਬੋਲੀਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅਸਲ ਮੈਂ ਤੋ ਇੱਕ ਹੀ ਜੋਤ ਹੈ, ਚਾਹੇ ਮੈਂ ਗੁਰੂ ਨਾਨਕ ਹੋ, ਚਾਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ, ਦਸੇ ਪਾਤਸ਼ਾਹੀਆਂ ਸਭ ਕੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਿਆਰ ਸੇ ਬੋਲੀਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਹੀ ਤਾਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੈ, ਕਿਉਂਕਿ ਜੋਤ ਵਹੀ ਹੈ। ਤਬ ਵੀ ਰਕਸ਼ਾ ਕੀ ਥੀ, ਆਜ ਵੀ ਰਕਸ਼ਾ ਕਰੇਂਗੇ, ਕਰਨੀ ਹੋਗੀ, ਹਮਾਰੇ ਪਾਸ ਉਨਕੇ ਸਿਵਾ ਹੈ ਕੌਣ। ਪਿਆਰ ਸੇ ਬੋਲੀਏ, ਧੰਨ ਗੁਰੂ ਨਾਨਕ। ਅਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਗਏ ਹੈ, ਕੋਈ ਇਹ ਕਹੇ ਕਿ ਭਾਈ ਸਾਹਿਬ ਨੇ ਕਿਹਾ ਹੈ ਸੁਖਮਨੀ ਸਾਹਿਬ ਜੀ ਕਾ ਪਾਠ ਰੱਖੇ ਇਸ ਲਈ ਦੁੱਖ ਦੂਰ ਹੋ ਜਾਏਗਾ, ਨਹੀਂ, ਮੇਰੇ ਕਹਿਣੇ ਸੇ ਤੋ ਕੁਛ ਵੀ ਨਹੀਂ ਹੋਗਾ, ਮੇਰੇ ਕਹਿਣੇ ਸੇ ਤੋ ਆਪਣਾ ਵੀ ਨਹੀਂ ਸਵਰਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਬਚਨ ਹੈ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਕੀ ਬਾਣੀ ਦੁੱਖੋਂ ਕੋ ਰੋਗੋਂ ਕੋ ਜੜ ਸੇ ਕਾਟਤੀ ਹੈ। ਪਿਆਰ ਸੇ ਬੋਲੀਏ, ਧੰਨ ਗੁਰੂ ਨਾਨਕ। ਇਹ ਬਾਣੀ ਕੀ ਤਾਕਤ ਵਰਤੇਗੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਬਚਨੋ ਕੀ ਤਾਕਤ ਵਰਤੇਗੀ, ਜਬ ਸ਼੍ਰੀ ਸੁਖਮਨੀ ਸਾਹਿਬ ਜੀ ਕੀ ਬਾਣੀ ਪੜੀ ਜਾਏਗੀ, ਸ਼੍ਰੀ ਗੁਰੂ ਜਪਜੀ ਸਾਹਿਬ ਜੀ ਕੀ ਬਾਣੀ ਪੜੀ ਜਾਏਗੀ। ਪਿਆਰ ਸੇ ਬੋਲੀਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ, ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਤੇ ਪਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲਿਆ, ਕਲੂ ਮੈਂ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੇ ਹੈ, ਜੇ ਬਤਾਇਆ ਹੈ ਕਿ ਬੰਦਗੀ ਕੈਸੇ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲੇ ਮੇ 26 ਸਾਲ ਭੋਰੇ ਮੇ ਰਹੇ, ਬਾਹਰ ਮਾਤਾ ਗੁਜਰੀ ਜੀ, ਉਨਕਾ ਵੀ ਤਿਆਗ, ਗੁਰੂ ਤੇਗ ਬਹਾਦਰ ਸਾਹਿਬ ਜੀ ਕਾ ਤਪ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕਾ ਵਰਣ ਆਪਣੀ ਬਾਣੀ ਮੇ ਕਰਤੇ ਹੈ। ਕਹਤੇ ਹੈ, ਤਾਤ ਮਾਤ ਮੂਰਖ ਅਲਕ ਅਰਾਧਾ, ਬਹੁਤ ਯੋਗ ਸਾਧਨਾ ਸਾਧਾ,
मेरे माता पिता ने अत की साधना की है, तप किया है। प्यार से बोलिए धन गुरु नानक। तिन जो करी अलख की सेवा, ताते पे प्रसन्न गुरुदेवा। इतनी बंदगी की गुरु तेग बहादुर साहिब जी ने, मेरे पिता ने, मेरे माता ने, कि निरंकार प्रसन्न हो गया। तिन प्रभ जब आयस मोह दिया, तब हम जन्म कलु में लिया। तब जाकर निरंकार ने मुझे इनके घर में भेजा। प्यार से बोलिए धन गुरु नानक। कि गुरु गोविंद सिंह जी महाराज जैसा पुत्र चाहिए तो ऐसी बंदगी चाहिए। प्यार से बोलिए धन गुरु नानक। धन गुरु नानक। मेरे गुरु गोविंद सिंह जी महाराज जैसा चाहिए तो बंदगी भी गुरु तेग बहादुर साहब जी जैसी चाहिए, त्याग भी माता गुजरी जी जैसा चाहिए। प्यार से बोलिए धन गुरु नानक। धन गुरु नानक। मेरे गुरु तेग बहादुर साहब जी, धन उनकी कमाई, धन उनका जीवन। ये तो दास शॉर्ट में कुछ कुछ पहलू बता के बस समाप्ति कर रहा है, पर कोशिश करेगा कि आगे भी बताता रहे। सब थाए होए सहाय, सब थाए होए सहाय, सब थाए होए सहाय, सब थाए होए सहाय। तेग बहादुर सिमरिए करनो नित आवे काज, तेग बहादुर सिमरिए करनो नित आवे जिस रिठे सब
ਸਿਮਰੀਏ ਕਰਨਾ ਨਿਧ ਆਵੇ ਤਾਏ ਬਹਾਦਰ ਸਿਮਰੀਏ ਕਰਨਾ ਨਿਧ ਆਵੇ ਤਾਏ ਸਭ ਥਾਏ ਹੋਏ ਸਹਾਏ ਸਭ ਥਾਏ ਹੋਏ ਸਹਾਏ ਸਭ ਥਾਏ ਹੋਏ ਸਹਾਏ ਸਭ ਥਾਏ ਹੋਏ ਸਹਾਏ ਤੇਗ ਬਹਾਦਰ ਸਿਮਰੀਏ ਕਰਨਾ ਕਰਨਾ ਨਿਧ ਆਵੇ ਤਾਏ ਤੇਗ ਬਹਾਦਰ ਸਿਮਰੀਏ ਕਰਨਾ ਨਿਧ ਆਵੇ ਤਾਏ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿੱਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰ ਅਪਨਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਵੋ ਆਪੋ ਹੱਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰ ਤਾਰਾ ਮੋਰ ਅੱਛਾ ਨਿਜ ਕਰ ਦੇ ਕਰੀਏ ਸਭੈ ਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਹੋਰ ਭਜਨ ਕੇ ਰਹਿ ਪਿਆਸਾ ਤੁਮੇ ਛਾੜ ਕੋਈ ਔਰ ਨਾ ਧਿਆਉ ਜੋ ਪਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਵਾਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣ ਸਾਹਿਬ ਸੰਤ ਸਾਹਿਬ ਪਿਆਰ ਦੀਨ ਬੰਧ ਦੁਸ਼ਟਨ ਕੇ ਹੰਦਾ ਪੁਰੀ ਤਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਗ ਛਨ ਉਪਜਾਯੋ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰ ਸੇਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰ ਤੂੰ ਕਬ ਮੈਂ ਮਿਲ ਤੇ ਤਾਰਾ
ਹਰ ਸਭ ਜੇਤੇ ਬਦਨ ਸ੍ਰੇਸ਼ਟ ਸਭ ਧਾਰ ਆਪ ਆਪਣੇ ਬੋਝ ਉਤਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਭੇਦ ਭੇਦ ਹਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦਿ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਕੋ ਭੇਵ ਨ ਪਾਪਤ ਭੇਦਾ ਤਾਂ ਕੋ ਕਰਪਾਨ ਅਨੁਮਾਨ ਮਹਾ ਮੂੜ ਕਛ ਭੇਦ ਨ ਜਾਣ ਮਹਾਨ ਦੇਵ ਕੋ ਕਹਿ ਤੂੰ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨੈ ਪੈ ਆਪ ਆਪਣੀ ਬੁੱਧ ਹੈ ਜੇਤੀ ਭਿੰਨ ਭਿੰਨ ਤੋਇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕੁਛ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਅਨੰਤ ਪਿਓ ਰਾਵ ਕੈ ਕੋਪਾ ਅੰਡਜ ਜੇਰਜ ਸੇ ਤਜ ਕੀਨੀ ਕੁਛ ਖਾਨ ਬਹੁ ਰਚ ਦੇਨੀ ਕਹੂੰ ਕੁਲ ਰਾਜਾ ਹਵ ਬੈਠਾ ਸਮਟ ਪਿਓ ਸੰਤਰ ਫੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਖ ਜਵਨ ਪਗ ਪਰੇ ਤਿਹਾਰੇ ਕਹਿ ਤੁਮ ਸੰਕਟ ਸਭ ਜੋ ਕਲ ਕੋ ਇੱਕ ਵਾਰ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਸੰਜਾਇ ਨਿਹਾਰੋ ਆਕੇ ਤਾਪ ਤਨਗਮ ਹਰੋ ਔਰੇ ਤੂੰ ਸਿੱਧ ਕਰਮ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਆਗ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੇ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੇ ਸਰਬ ਡੋਰ ਮੋ ਸਹਾਈ ਦੁਸ਼ਟ ਦੁੱਖ ਤੇ ਲਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਕੀ ਮਨ ਵਜੀਆਂ ਵਾਧਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਵੇਂ ਸੁਭਾਵੇ ਸੱਚੇ ਸਹਿਬ ਕਿਆ ਨਾਈ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ
ਸਾਪਾਂ ਸਭ ਗੁਣ ਆਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਭਾਗੇ ਘਰ ਸਭਾਗੇ ਸਬਦ ਵਾਜੇ ਕੱਲਾ ਜਿ ਕਰਤਾਰੀਆਂ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਮਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਕਹਤੇ ਪਵਿੱਤ ਸਤਿਗੁਰੂ ਰਿਆ ਭਰਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੁਰੇ ਸਲੋਕ ਪਾਵਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਜੀ ਕੀ ਅਬ ਹਮ ਮੰਤਰ ਜਾਪ ਕਰੇਂਗੇ ਨਮਃ ਸ਼ਿਵਾਯ ਸ਼ਿਵਜੀ ਸਦਾ ਸਹਾਇ
ਜੈ ਗੁਰੂ ਜੀ ਕੀ।